ਨੀਲਮ ਨਾਮ ਦੀ ਉਸ ਗਵਾਂਡਣ ਜਿਸ ਨੇ 22 ਸਾਲਾ ਮਾਸੂਮ ਬੱਚੀ ਨੂੰ ਹਰ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ ਖਤਮ ਕਰ ਦਿੱਤਾ ਉਸ ਦੇ ਵੱਲੋਂ ਹੁਣ ਬੱਚੀ ਦੇ ਮਾਪਿਆਂ ਤੇ ਹੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਸ ਨੀਲਮ ਨਾਮ ਦੀ ਔਰਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿਲਰੋਜ਼ ਦੇ ਪਿਤਾ ਹਰਪ੍ਰੀਤ ਚੰਗਾ ਇਨਸਾਨ ਨਹੀਂ ਕਿਉਂਕਿ ਉਹ ਬੱਚਿਆਂ ਨੂੰ ਡਾਂਟਦੇ ਸੀ ਔਰ ਐਸੀ ਗੱਲ ਦਾ ਉਸ ਨੂੰ ਗੁੱਸਾ ਸੀ ਜਿਸ ਕਰਕੇ ਉਸ ਨੇ ਇਹ ਸਭ ਕੀਤਾ ਪਰ ਇਸ ਗੱਲ ਦੀ ਸੱਚਾਈ ਸਾਹਮਣੇ ਆਈ ਹੈ ਕਿਉਂਕਿ ਨੀਲਮ ਦੀ ਭਾਬੀ ਜਿਹੜੀ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੇ ਸੀ ਕਾਫੀ ਸਮੇਂ ਤੋਂ ਅਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਕਿ ਨੀਲਮ ਸਰਾਸਰ ਝੂਠ ਬੋਲ ਰਹੀ ਹੈ ਉਸ ਦੀ ਭਾਬੀ ਦੇ ਵੱਲੋਂ ਖੁਦ ਦੱਸਿਆ ਕਿ ਆ ਕੀ ਇਹ ਬੱਚਿਆਂ ਦੇ ਨਾਲ ਇਕੱਠੇ ਖਾਂਦੇ ਪੀਂਦੇ ਅਤੇ ਖੁਸ਼ ਰਹਿੰਦੇ ਸਨ ਉਹ ਖੁਦ ਹੈਰਾਨ ਸੀ ਕਿ ਆਖਿਰਕਾਰ ਨੀਲਮ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਪਰ ਦੂਸਰੇ ਪਾਸੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਵਿਵਹਾਰ ਸੀ ਇਸ ਔਰਤ ਦਾ ਇਸ ਜਾਲਮ ਗਵਾਂਡਨ ਦੇ ਬਾਰੇ ਉਸਦੀ ਭਾਬੀ ਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਕਿਉਂ ਮਾਰਿਆ ਬੱਚਿਆਂ ਨੂੰ ਦੱਸਦੇ ਕਿ ਸਾਰੇ ਮਾਮਲੇ ਨੂੰ ਲੈ ਕੇ ਜਿੱਥੇ ਲੋਕਾਂ ਦੇ ਵੱਲੋਂ ਵੱਡੀ ਤੋਂ ਵੱਡੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦਿਲਰੋਜ਼ ਦੇ ਮਾਪਿਆਂ ਨੇ ਲੁਧਿਆਣੇ ਦੇ ਇੱਕ ਵੱਡੇ ਨਾਮੀ ਵਕੀਲ ਦੇ ਨਾਲ ਵੀ ਗੱਲਬਾਤ ਸ਼ੁਰੂ ਕਰ ਲਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੇਸ ਲੜ ਰਹੇ ਹਾਂ ਅਤੇ ਜਲਦ ਹੀ ਸਾਰਾ ਕੇਸ ਫੈਸਲੇ ਤੇ ਪਹੁੰਚ ਜਾਵੇਗਾ ਦਿਲਰੋਜ਼ ਦੇ ਵਕੀਲ ਹਰੀਸ਼ ਰਾਏ ਟਾਂਡਾ ਲੁਧਿਆਣਾ ਦੇ ਇੱਕ ਨਾਮੀ ਵਕੀਲ ਨੇ ਦੱਸਦੇ ਕਿ ਦਿਲਰੋਜ਼ ਦੇ ਵਕੀਲ ਨੇ ਦੱਸਿਆ ਕਿ ਦਰਿੰਦਗੀ ਦੀਆਂ ਹੱਦਾਂ ਇਸ ਕੇਸ ਦੇ ਵਿੱਚ ਪਾਰ ਕੀਤੀਆਂ ਗਈਆਂ ਬਿਨਾਂ ਕਿਸੇ ਲੜਾਈ ਝਗੜੇ ਦੀ ਅਜਿਹਾ ਕੀਤਾ ਗਿਆ ਜਿਸ ਕਰਕੇ ਵੱਡੀ ਤੋਂ ਵੱਡੀ ਸਜ਼ਾ ਯਾਨੀ ਕਿ ਫਾਂਸੀ ਵੀ ਹੋ ਸਕਦੀ ਹੈ ਅਤੇ ਉਸ ਤੋਂ ਇਲਾਵਾ ਜੇਕਰ ਉਹ ਨਹੀਂ ਹੁੰਦੀ ਤਾਂ ਉਮਰ ਕੈਦ ਜ਼ਿੰਦਗੀ ਭਰ ਦੇ ਲਈ ਉਸ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈਵੇਗਾ ਇਸ ਟੰਗ ਨਾਲ ਮਾਰਿਆ ਗਿਆ ਉਸ ਬੱਚੀ ਨੂੰ ਜਿਸ ਤੋਂ ਬਾਅਦ ਦਿਲਦੋਸਤ ਦੇ ਵਕੀਲ ਦੇ ਵੱਲੋਂ ਇਹ ਕਿਹਾ ਗਿਆ ਹਰੀਸ਼ ਰਾਏ ਟਾਂਡਾ ਦੇ ਵੱਲੋਂ ਕਿਹਾ ਗਿਆ ਕਿ ਵਾਕਈ ਹੀ ਇਸ ਮਾਮਲੇ ਦੇ ਵਿੱਚ ਇਨਸਾਫ ਵੀ ਮਿਲੇਗਾ ਅਤੇ ਸਖਤ ਤੋਂ ਸਖਤ ਸਜ਼ਾ ਉਸ ਗਵੰਡਨ ਨੀਲਮ ਨੂੰ ਮਿਲ ਕੇ ਰਹੇਗੀ ਆਓ ਹੁਣ ਜਾਣ ਲੈਂਦੇ ਹਾਂ ਕਿ ਆਖਿਰਕਾਰ ਕਿਹੋ ਜਿਹੀ ਸੋਚ ਰੱਖਦੀ ਸੀ ਉਹ ਔਰਤ ਨੀਲਮ ਦੱਸਦੀ ਕਿ ਉਹ ਆਪਣੇ ਬੱਚਿਆਂ ਦੇ ਨਾਲ ਵੀ ਬੁਰਾ ਵਿਵਹਾਰ ਕਰਦੀ ਸੀ ਆਪਣੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਦੀ ਸੀ ਅਤੇ ਉਸਦੀ ਭਾਬੀ ਦੇ ਵੱਲੋਂ ਹੀ ਦੱਸਿਆ ਗਿਆ ਕਿ ਉਹ ਆਪਣੇ ਬੱਚਿਆਂ ਦੇ ਸਿਰ ਵੀ ਗੇਟ ਦੇ ਵਿੱਚ ਮਾਰ ਦਿੰਦੀ ਸੀ ਪਰ ਦਿਲਰੋਜ਼ ਨੂੰ ਕਿਉਂ ਮਾਰਿਆ ਇਸ ਗੱਲ ਨੂੰ ਲੈ ਕੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਇੰਨਾ ਵਧੀਆ ਰਿਸ਼ਤਾ ਸੀ ਇਹਨਾਂ ਦਾ ਕਿ ਨੀਲਮ ਤੇ ਬੱਚੇ ਦਿਲਰੋਜ਼ ਦੇ ਘਰ ਹੀ ਪਲੇ ਨੇ ਨੀਲਮ ਦਾ ਵੱਡਾ ਮੁੰਡਾ ਦਿਲਰੋਜ਼ ਦੇ ਘਰ ਹੀ ਹੁੰਦਾ ਸੀ ਅਤੇ ਉਸਦੇ ਮਾਪਿਆਂ ਨੇ ਕਦੇ ਉਸਦੇ ਮੁੰਡੇ ਨਾਲ ਕੋਈ ਫਰਕ ਨਹੀਂ ਕੀਤਾ। ਨੀਲਮ ਦੀ ਭਾਬੀ ਦਾ ਕਹਿਣਾ ਹੈ ਕਿ ਇਹ ਇੱਕ ਲੜਾਕੀ ਕਿਸਮ ਦੀ ਔਰਤ ਹੈ ਅਤੇ ਖੁੰਦਕ ਬਾਸ ਵੀ ਹੈ। ਇੰਨਾ ਹੀ ਨਹੀਂ ਇਹ ਹਰ ਸਮੇਂ ਲੜਦੀ ਝਗੜਦੀ ਹੈ ਤੇ ਬੋਲਦੀ ਬਹੁਤ ਜ਼ਿਆਦਾ ਹੈ। ਬੋਲਣਾ ਇਸ ਨੂੰ ਇਸ ਕਦਰ ਲੜਾਕੇਪਨ ਦੇ ਵਿੱਚ ਬੋਲਦੀ ਸੀ ਕਿ ਦੂਸਰੇ ਨੂੰ ਉਹ ਨੀਚਾ ਗਿਰਾ ਸਕੇ। ਦਸਤੀਕ ਉਸ ਦੀ ਭਾਬੀ ਦੇ ਵੱਲੋਂ ਆਪਣੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਹੋਏ ਦੱਸਿਆ ਗਿਆ ਕਿ ਇੱਕ ਲਾਲਚੀ ਪਰਿਵਾਰ ਹੈ ਜਿਸ ਦੇ ਵੱਲੋਂ ਗੱਡੀ ਦੀ ਮੰਗ ਕੀਤੀ ਗਈ ਸੀ ਪੈਸੇ ਦੀ ਭੁੱਖ ਹੈ ਇਸ ਪਰਿਵਾਰ ਨੂੰ ਅਤੇ ਇਸ ਤੋਂ ਇਲਾਵਾ ਉਹ ਬੱਚਿਆਂ ਨੂੰ ਕੁੱਟਦੀ ਮਾਰਦੀ ਵੀ ਸੀ ਦਿਲਰੋਜ਼ ਜਿਹੜੀ ਕਿ ਇਸ ਗਵੰਡਨ ਨੂੰ ਭੂਆ ਕਹਿੰਦੀ ਸੀ ਜਿਸ ਦੀ ਉਹ ਅਸਲ ਭੂਆ ਸੀ ਯਾਨੀ ਕਿ ਉਸ ਭਾਬੀ ਦੀ ਬੇਟੀ ਦੇ ਨਾਲ ਵੀ ਨੀਲਮ ਅਜਿਹਾ ਹੀ ਸਲੂਕ ਕਰਦੀ ਸੀ ਉਹਦੇ ਵੱਲੋਂ ਵੀ ਆਪਣੀ ਮਾਂ ਨੂੰ ਸ਼ਿਕਾਇਤ ਲਗਾਈ ਜਾਂਦੀ ਸੀ ਕਿ ਪੂਆ ਮੈਨੂੰ ਇਸ ਕਦਰ ਅੱਖਾਂ ਕੱਢਦੀ ਆ ਤੇ ਮੈਨੂੰ ਡਾਂਟਦੀ ਐ ਖਾਣ ਵਾਸਤੇ ਚੀਜ਼ ਨਹੀਂ ਦਿੰਦੀ। 4 ਸਾਲ ਦੀ ਬੱਚੀ ਨੂੰ ਉਹ ਝਿੜਕਦੀ ਸੀ, ਥੱਪੜ ਮਾਰਦੀ ਸੀ ਅਤੇ ਬਾਰ-ਬਾਰ ਉਹਨਾਂ ਨੂੰ ਤਾਨੇ ਮੇੜੇ ਵੀ ਦਿੰਦੀ ਸੀ। ਜਿਸ ਕਰਕੇ ਅੱਜ ਭਾਬੀ ਉਸ ਘਰ ਤੋਂ ਚਲੀ ਗਈ ਐ ਅਤੇ ਉਸ ਬੱਚੇ ਨੂੰ ਵੀ ਆਪਣੇ ਨਾਲ ਲੈ ਗਈ। ਉਸ ਛੋਟੀ ਬੱਚੀ ਦੇ ਨਾਲ ਜੀ ਸੀ ਉਮਰ ਹੁਣ 6 ਸਾਲ ਦੀ ਐ ਉਸ ਦੇ ਨਾਲ ਵੀ ਇਸ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ। ਇਹ ਕੇਸ ਕਾਫੀ ਲੰਬਾ ਸਮਾਂ ਚੱਲਦਾ ਰਿਹਾ ਸੀ ਅਤੇ ਭਾਬੀ ਦੇ ਵੱਲੋਂ ਜਦੋਂ ਇਸ ਗੱਲ ਨੂੰ ਲੈ ਕੇ ਪੁਲਿਸ ਦੇ ਕੋਲ ਪਹੁੰਚ ਕੀਤੀ ਗਈ ਤਾਂ ਬਹੁਤੇ ਲੋਕਾਂ ਨੇ ਉਸ ਸਮੇਂ ਉਹਨਾਂ ਦਾ ਕਹਿਣਾ ਹੈ ਕਿ ਸਾਥ ਨਹੀਂ ਦਿੱਤਾ। ਕਜਿਹਾ ਪਰਿਵਾਰ ਹੈ ਜਿਸ ਤੇ ਇਹ ਇਲਜ਼ਾਮ ਲਗਾਇਆ ਗਿਆ ਹੁਣ ਭਾਬੀ ਦੇ ਵੱਲੋਂ ਕਿ ਉਸ ਨੂੰ ਵੀ ਇਸ ਪਰਿਵਾਰ ਨੇ ਜ਼ਹਿਰ ਖਵਾਈ ਸੀ ਜਿਸ ਦੇ ਵਿੱਚ ਇਹ ਨੀਲਮ ਨਾਮ ਦੀ ਕਵੰਡੜ ਵੀ ਸ਼ਾਮਿਲ ਹੈ। ਨੀਲਮ ਦਾ ਇੱਕ ਵੱਡਾ ਮੁੰਡਾ ਵੀ ਹੈ ਦਿਲਦੋਜ਼ ਦੇ ਘਰਦਿਆਂ ਨਹੀਂ ਜਿਸ ਨੂੰ ਪਾਲਿਆ। ਭਾਬੀ ਦਾ ਕਹਿਣਾ ਸੀ ਕਿ ਉਸ ਸਮੇਂ ਜੇ ਯਕੀਨ ਕੀਤਾ ਹੁੰਦਾ ਤਾਂ ਇਹ ਸਾਰੀ ਘਟਨਾ ਨਹੀਂ ਵਾਪਰਨੀ ਸੀ ਦਿਲੋਜ਼ ਅੱਜ ਜ਼ਿੰਦਾ ਹੋਣੀ ਸੀ ਪਹਿਲਾਂ ਤੋਂ ਹੀ ਨੀਲਮ ਦੇ ਵੱਲੋਂ ਅਜਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਸਨ ਉਸ ਦੀ ਹਰਕਤਾਂ ਨੂੰ ਲੈ ਕੇ ਹੀ ਉਸ ਦੀ ਭਾਬੀ ਦੇ ਵੱਲੋਂ آگਾਹ ਕੀਤਾ ਗਿਆ ਸੀ ਬਹੁਤੇ ਲੋਕਾਂ ਨੂੰ ਕਿ ਇਹ ਚੰਗੀ ਔਰਤ ਨਹੀਂ ਹੈ ਕਿਉਂਕਿ ਉਹਨਾਂ ਦੀ ਬੇਟੀ ਨੂੰ ਵੀ 6 ਮਹੀਨੇ ਪਹਿਲਾਂ ਉਹ ਚੁੱਕਣਾਈ ਸੀ ਜੀ ਹਾਂ ਇਹ ਖਬਰ ਬਿਲਕੁਲ ਸੱਚ ਹੈ ਨੀਲਮ ਦੀ ਭਾਬੀ ਜਿਹੜੀ ਕਿ ਇਤਲਾਕ ਲੈ ਕੇ ਵੱਖ ਰਹਿਣ ਲੱਗ ਗਈ ਸੀ ਉਸ ਦੇ ਵੱਲੋਂ ਦੱਸਿਆ ਗਿਆ ਕਿ 6 ਮਹੀਨੇ ਪਹਿਲਾਂ ਉਹ ਉਹਨਾਂ ਦੀ ਕੁੜੀ ਨੂੰ ਵੀ ਚੁੱਕਣ ਆਈ ਸੀ ਬਾਰ ਬਾਰ ਉਹ ਘਰ ਦੇ ਬਾਹਰ ਢੇੜੇ ਮਾਰ ਰਹੀ ਸੀ ਗੇਟ ਦੇ ਬਾਹਰ ਢੇੜੇ ਲਗਾਉਂਦੀ ਦੇਖੀ ਗਈ ਸੀ ਜਿਵੇਂ ਕਿ ਦਿਲਰੋਜ਼ ਦੇ ਸਮਾਗਮ ਦੇ ਵਿੱਚ ਜਦੋਂ ਦਿਲਰੋਜ਼ ਗਈ ਹੋਈ ਸੀ ਕਿਸੇ ਦੇ ਘਰ ਫੰਕਸ਼ਨ ਤੇ ਉਸ ਸਮੇਂ ਵੀ ਇਸ ਔਰਤ ਦੇ ਵੱਲੋਂ ਗਵੰਡਨ ਦੇ ਵੱਲੋਂ ਢੇੜੇ ਮਾਰੇ ਗਏ ਸੀ ਆ ਦੋਸਤੋ ਬਾਅਦ ਹੀ ਦਿਲਰੋਜ਼ ਨੂੰ ਚੱਕ ਲਿਆ ਗਿਆ ਸੀ ਇਸੀ ਤਰ੍ਹਾਂ ਹੀ ਉਸਦੀ ਭਾਬੀ ਦੇ ਵੱਲੋਂ ਦੱਸਿਆ ਗਿਆ ਕਿ ਇਹ ਮੇਰੀ ਬੇਟੀ ਨੂੰ ਵੀ ਚੱਕਣ ਆਈ ਸੀ ਅਤੇ ਘਰ ਦੇ ਗੇੜੇ ਕੱਟ ਰਹੀ ਸੀ ਪਰ ਉਸੇ ਸਮੇਂ ਉਹਨਾਂ ਦੇ ਵੱਲੋਂ 112 ਤੇ ਕੰਪਲੀਟ ਲਿਖਾ ਦਿੱਤੀ ਗਈ ਅਤੇ ਸਾਰਾ ਹਾਲ ਬਿਆਨ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਬੱਚੇ ਦੇ ਨਾਲ ਹੀ ਰਹਿਣ ਇੰਨਾ ਹੀ ਨਹੀਂ ਜਦੋਂ ਉਹ ਬੱਚਾ ਸਕੂਲ ਜਾਵੇ ਜਾਂ ਫਿਰ ਸਕੂਲ ਤੋਂ ਘਰ ਆਵੇ ਉਸ ਸਮੇਂ ਵੀ ਜ਼ਿਆਦਾ ਚੁੱਕੰਨਾ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ ਦੱਸਦੀ ਕਿ ਉਸ ਭਾਬੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ 6 ਸਾਲਾਂ ਬੇਟੀ ਬਾਹਰ ਸਾਈਕਲ ਚਲਾਉਂਦੀ ਸੀ ਜਿਸ ਦੌਰਾਨ ਉਸਨੇ ਦੇਖਿਆ ਕਿ ਇਹ ਨੀਲਮ ਨਾਮ ਦੀ ਗਵਾਂਡਣ ਉਤੇ ਢੇਡੇ ਘਟ ਰਹੀ ਸੀ ਭਾਬੀ ਹੁਣ ਸ਼ੁਕਰ ਮਨਾਉਂਦੀ ਹੈ ਕਿ ਉਸਨੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਉਂਕਿ ਸਮਾਂ ਰਹਿੰਦੇ ਉਹਨਾਂ ਨੇ ਆਪਣੀ ਧੀ ਨੂੰ ਬਚਾ ਲਿਆ ਪਰ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦਿਲਰੋਜ਼ ਦੇ ਨਾਲ ਇਹ ਪਾਣਾ ਵਾਪਰ ਗਿਆ ਦਿਲਰੋਜ਼ ਨੂੰ ਹਰ ਕੋਈ ਪਿਆਰ ਕਰਦਾ ਸੀ ਮਾਸੂਮ ਅਤੇ ਛੋਟੀ ਜਹੀ 2.5 ਸਾਲਾਂ ਬੱਚੀ ਅਸਦੀ ਬੋਲਦੀ ਸੀ ਖਾਂਦੀ ਸੀ ਅਤੇ ਗੱਲਾਂ ਕਰਦੀ ਸੀ ਉਸ ਬੱਚੇ ਦੀਆਂ ਗੱਲਾਂ ਸੁਣ ਕੇ ਸਾਰੇ ਜਾਣੇ ਹੈਰਾਨ ਵੀ ਹੁੰਦੇ ਸਨ ਅਤੇ ਖੁਸ਼ ਵੀ ਹੁੰਦੇ ਸਨ ਜਿਸ ਤਰ੍ਹਾਂ ਕਿ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਉਮਰ ਨਾਲੋਂ ਕਿਤੇ ਵੱਡੀਆਂ ਗੱਲਾਂ ਕਰਦੀ ਸੀ ਹਰ ਇੱਕ ਗੱਲ ਦਾ ਧਿਆਨ ਰੱਖਦੀ ਸੀ ਅਤੇ ਨਿਤਨੇਮ ਦਾ ਜਾਪ ਵੀ ਕਰਦੀ ਸੀ ਪਰ ਇਸ ਨੀਲਮ ਨਾਮ ਦੀ ਗਵੰਡਣ ਦੇ ਵੱਲੋਂ ਕਜਿਹਾ ਕਹਿਰ ਢਾ ਦਿੱਤਾ ਗਿਆ ਪੂਰੇ ਪਰਿਵਾਰ ਦੇ ਉੱਪਰ ਕਿ ਇਹ ਸਮਾਜ ਨੂੰ ਵੀ ਸੋਚਣ ਤੋਂ ਮਜਬੂਰ ਕਰਦਾ ਹੈ ਕਿ ਅਸੀਂ ਕਿਸੇ ਤੇ ਭਰੋਸਾ ਕਰੀਏ ਜਾਂ ਫਿਰ ਨਹੀਂ ਆਂਡ ਗਵੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਨਸ਼ਾ ਵੀ ਵੇਚਦੀ ਹੈ ਇੰਨਾ ਹੀ ਨਹੀਂ ਇਹ ਵੀ ਹੋ ਸਕਦਾ ਹੈ ਕਿ ਇਸ ਨੇ ਨਸ਼ੇ ਦੀ ਹਾਲਤ ਦੇ ਵਿੱਚ ਬੱਚੀ ਨੂੰ ਮਾਰ ਦਿੱਤਾ ਹੋਵੇ ਦਸਾ ਮਿੰਟਾਂ ਦੇ ਵਿੱਚ ਇਸ ਨੇ ਉਸ ਬੱਚੀ ਨੂੰ ਖਤਮ ਕਰ ਦਿੱਤਾ ਦੱਸਦੀ ਕਿ ਦੁਪਹਿਰ ਦੇ ਸਮੇਂ ਇਹ ਬੱਚੀ ਨੂੰ ਲੈ ਕੇ ਜਾਂਦੀ ਹੈ ਅਤੇ ਉਸੇ ਸਮੇਂ ਘਰ ਪਰਿਵਾਰ ਨੂੰ ਵੀ ਭਣਕ ਲੱਗਦੀ ਹੈ ਕਿ ਸਾਡੀ ਬੱਚੀ ਬਾਹਰ ਖੇਡ ਰਹੀ ਸੀ ਪਰ ਹੁਣ ਨਹੀਂ ਹੈ ਪਰ ਇਸ ਜ਼ਾਲਿਮ ਔਰਤ ਦੇ ਵੱਲੋਂ ਮੰਨਿਆ ਹੀ ਨਹੀਂ ਗਿਆ ਕਿ ਬੱਚੀ ਇਸ ਦੇ ਨਾਲ ਹੈ ਇੱਕੋ ਵੀ ਸਮਾਂ ਆਇਆ ਜਦੋਂ ਇਹ ਉਸ ਜ਼ਮੀਨ ਦੇ ਕੋਲ ਲੈ ਕੇ ਪਹੁੰਚੀ ਖਾਲੀ ਪਲਾਟ ਦੇ ਕੋਲ ਜਿੱਥੇ ਉਸ ਨੂੰ ਮਾਰਿਆ ਗਿਆ ਉੱਥੇ ਵੀ ਗਾਰਡ ਨੇ ਉਸ ਨੂੰ ਦੇਖ ਲਿਆ ਸੀ ਗਾਰਡ ਨੇ ਦੇਖਿਆ ਕਿ ਇਹ ਔਰਤ ਬੱਚੀ ਦੇ ਨਾਲ ਗਈ ਹੈ ਪਰ ਵਾਪਸ ਇਕੱਲੀ ਪਰਤੀ ਹੈ ਇਸੇ ਕਰਕੇ ਉਸ ਗਾਰਡ ਦੇ ਵੱਲੋਂ ਨੇੜੇ ਚੱਕ ਪੋਸਟ ਦੇ ਕੋਲ ਜਾ ਕੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਅਤੇ ਪੁਲਿਸ ਵਾਲਿਆਂ ਨੇ ਬਿਨਾਂ ਦੇਰੀ ਕਰਦੇ ਉੱਥੇ ਆ ਕੇ ਜਾਂਚਣਾ ਸ਼ੁਰੂ ਕਰ ਦਿੱਤਾ ਗਾਰਡ ਦੇ ਵੱਲੋਂ ਦੱਸਿਆ ਗਿਆ ਕਿ ਇਹ ਔਰਤ 10 ਮਿੰਟ ਤੱਕ ਅੰਦਰ ਰੁਕੀ ਪਰ ਵਾਪਸੀ ਸਮੇਂ ਇਹ ਇਕੱਲੀ ਸੀ ਗਾਰਡ ਸਮੇਤ ਦੋ ਪੁਲਿਸ ਵਾਲਿਆਂ ਨੇ ਉੱਥੇ ਆ ਕੇ ਲੱਭਿਆ ਪਰ ਉਹਨਾਂ ਨੂੰ ਉੱਥੇ ਕੁਝ ਦਿਖਾਈ ਨਹੀਂ ਦਿੱਤਾ ਉਹਨਾਂ ਨੂੰ ਡਰ ਰਹੀ ਸੀ ਕਿ ਨਾਲ ਬਿਲਕੁਲ ਇੱਕ ਕੰਧ ਲੱਗਦੀ ਹੈ ਤੇ ਕੰਧ ਦੇ ਪਰਲੇ ਪਾਸੇ ਕਿਸੇ ਹੋਰ ਨੂੰ ਬੱਚੀ ਨੂੰ ਫੜਾਣਾ ਦਿੱਤਾ ਹੋਵੇ ਜਦੋਂ ਦਿਮਾਗ ਦੇ ਵਿੱਚ ਡਰ ਹੋਵੇ ਤਾਂ ਅਸੀਂ ਹਰ ਇੱਕੋ ਗੱਲ ਸੋਚ ਕੇ ਤਿਆਰੀ ਕਰ ਲੈਣੇ ਆ ਕਿ ਉਸ ਤੋਂ ਬਚਿਆ ਜਾ ਸਕੇ ਪਰ ਪੁਲਿਸ ਵਾਲੇ ਉੱਥੋਂ ਇਹ ਕਹਿ ਕੇ ਵਾਪਸ ਚਲੇ ਗਏ ਕਿ ਜੇਕਰ ਕੋਈ ਗੱਲਬਾਤ ਹੋਈ ਤਾਂ ਸਾਨੂੰ ਫੋਨ ਕਰ ਦਿਓ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਉਹ ਬੱਚੀ ਉਸ ਸਮੇਂ ਉੱਥੇ ਨਹੀਂ ਮਿਲੀ ਕਾਸ਼ ਉਹ ਬੱਚੀ ਉਦੋਂ ਮਿਲ ਜਾਂਦੀ ਅਤੇ ਅੱਜ ਜ਼ਿੰਦਾ ਹੁੰਦੀ रोंदी रोंदी उठ 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 काश ओ बच्ची हुंदी ते ਉਸਦੇ ਮਾਪਿਆਂ ਦਾ ਇਹ ਹਾਲ ਨਾ ਹੁੰਦਾ ਕਾਸ਼ ਉਹ ਬੱਚੀ ਹੁੰਦੀ ਤਾਂ ਉਸਦੀ ਮਾਂ ਰੋਂਦੀ ਰੋਂਦੀ ਐਵੇਂ बेहोश ਨਾ ਹੁੰਦੀ बेहोशी ਤੋਂ ਬਾਅਦ ਜਦੋਂ ਹੋਸ਼ ਜਾਂਦੀ ਹੈ ਉੱਠ ਉੱਠ ਕੇ ਚੀਕਾਂ ਨਾ ਮਾਰਦੀ ਕਾਸ਼ ਉਹ ਬੱਚੀ ਹੁੰਦੀ ਤਾਂ ਪਿਤਾ ਇਸ ਤਰ੍ਹਾਂ ਰੋਂਦੇ ਤੇ ਭਟਕਦੇ ਨਾ ਦੇਖੇ ਜਾਂਦੇ ਕਾਸ਼ ਉਸਦੇ ਦਾਦਾ ਜੀ ਵੀ ਅੱਜ ਖੁਸ਼ ਹੁੰਦੇ ਇਹ ਕਹਿਣ ਵਾਲੀਆਂ ਬਹੁਤ ਸਾਨੀਆਂ ਗੱਲਾਂ ਨੇ ਪਰ ਦਿਲ ਰੋਜ਼ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਰ ਉਮੀਦ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਅਜੀਹਾ ਫੈਸਲਾ ਹੋਵੇਗਾ ਇੱਕ ਵੱਡਾ ਇਨਸਾਫ ਮਿਲੇਗਾ ਕਿ ਲੋਕ ਇਸ ਗੱਲੋਂ ਸੰਤੁਸ਼ਟ ਹੋ ਜਾਣਗੇ ਕਿ ਹਾਂ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲੀ ਇਹ ਗੱਲ ਬਿਲਕੁਲ ਠੀਕ ਹੈ ਕਿ ਉਸ ਬੱਚੀ ਨੇ ਕਦੀ ਵੀ ਵਾਪਸ ਨਹੀਂ ਆ ਜਾਣਾ ਜਿਸ ਤਰ੍ਹਾਂ ਦੇ ਨਾਲ ਦਿਲ ਰੋਜ਼ ਦੀ ਮਾਂ ਦੇ ਬੋਲ ਰੋ ਰੋ ਕੇ ਕਿਹਾ ਜਾਂਦਾ ਹੈ ਕਿ ਮੈਨੂੰ ਮੇਰੀ ਬੱਚੀ ਵਾਪਸ ਦੇ ਦਿਓ ਉਹ ਬੱਚੀ ਤਾਂ ਵਾਪਸ ਨਹੀਂ ਆ ਸਕਦੀ ਪਰ ਹੁਣ ਹਰੀਸ਼ ਰਾਏ ਟਾਂਡਾ ਲੁਧਿਆਣਾ ਤੋਂ ਇੱਕ ਨਾਮੀ ਵਕੀਲ ਜਿਹੜੇ ਕੀਤੇ ਨੇ ਉਹ ਜ਼ਰੂਰ ਇਸ ਮਾਮਲੇ ਦੇ ਵਿੱਚ ਇਨਸਾਫ ਦਿਵਾ ਕੇ ਰਹਿਣਗੇ